ਸਤਿ ਸ਼੍ਰੀ ਅਕਾਲ ਜੀ, ਨਿਊਜ਼ਲਾਈਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅਸੀਂ ਦੇਖ ਰਹੇ ਹਾਂ ਕਿ ਕੌਰਬੀ ਦਾ ਮਸਲਾ ਕਈ ਦਿਨਾਂ ਤੋਂ ਭੜਕਿਆ ਹੋਇਆ ਹੈ। ਇਸ ਗੱਲ ਤੇ ਆਏ ਦਿਨ ਹੀ ਹਰ ਸਿੰਗਰ ਦਾ ਨਵਾਂ ਬਿਆਨ ਆਇਆ ਰਹਿੰਦਾ ਹੈ। ਇਸ ਸੰਬੰਧੀ ਰਵਿੰਦਰ ਗਰੇਵਾਲ ਨੇ ਹੈਰਾਨ ਕਰਨ ਵਾਲਾ ਨਵਾਂ ਜਵਾਬ ਦਿੱਤਾ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ। ਆਓ ਦੇਖਦੇ ਹਾਂ ਕੀ ਹੈ ਸਾਰੀ ਕਹਾਣੀ। ਮੈਂ ਖੁਦ ਉਹ ਮੇਲੇ ਤੇ ਗਿਆ 2-3 ਵਾਰ ਪਹਿਲਾਂ। ਮੈਨੂੰ ਹੁੰਦਾ ਭਗਤ ਸਿੰਘ ਦੇ ਆਇਆ ਤਾਂ ਫਿਰ ਭਗਤ ਸਿੰਘ ਦੀ ਗਾਵਾਂਗੇ। ਜਿਹਦਾ ਵਿਆਹ ਹੋਵੇ ਘੋੜੀਆਂ ਉਹਦੀਆਂ ਗਾਈਆਂ ਜਾਂਦੀਆਂ। ਸ਼ਹੀਦ ਭਗਤ ਸਿੰਘ ਹੋਰਾਂ ਦੇ ਮੇਲੇ 'ਚ ਮੈਂ ਗਿਆ। ਸਾਡੀਆਂ 2 ਐਲਬਮ ਨੇ, ਪ੍ਰਣਾਮ ਸ਼ਹੀਦਾਂ ਨੂੰ ਔਰ ਫਾਂਸੀ। ਔਰ ਮੈਂ ਜਦੋਂ ਸਟਾਰਟ ਕੀਤਾ ਗਾਣਾ ਤਾਂ ਸੋ ਵਿੱਚੋਂ ਫਰਮਾਇਸ਼ ਆਉਣੀ ਸ਼ੁਰੂ ਹੋ ਗਈ ਜੀ, ਤੁਸੀਂ ਫਲਾਣਾ ਲਾ ਦਿਉ ਜੀ, ਤੁਸੀਂ ਟੇਢੀ ਪੱਗ ਲਾ ਦਿਉ ਜੀ, ਤੁਸੀਂ ਰੌਲਾ ਪੈ ਗਿਆ ਲਾ ਦਿਉ। ਔਰ ਮੈਂ ਉੱਥੇ ਸਟੇਜ 'ਤੇ ਮਾਈਕ 'ਚ ਹੀ ਬੋਲਿਆ ਸੀ ਕਿ ਇਹ ਭਗਤ ਸਿੰਘ ਦਾ ਮੇਲਾ, ਕਿ ਅਸੀਂ ਗਾਣੇ ਭਗਤ ਸਿੰਘ ਦੀ ਗਾਉਣੇ ਆ। ਤਾਂ ਮੈਨੂੰ ਵਿੱਚੋਂ ਕਿਸੇ ਨੇ ਪ੍ਰਬੰਧਕਾਂ 'ਚੋਂ ਵੀ ਕਿਹਾ ਸੀ ਕਿ ਜੀ ਲੋਕ ਚਲੇ ਜਾਣਗੇ। ਮੈਂ ਕਿਹਾ ਜਾਂਦੇ ਚਲੇ ਜਾਣ ਫਿਰ, ਜਿਹੜਾ ਬੰਦਾ ਭਗਤ ਸਿੰਘ ਨੂੰ ਪਿਆਰ ਹੀ ਨਹੀਂ ਕਰਦਾ, ਜੇ ਅਸੀਂ ਇੱਥੇ ਆ ਕੇ ਭਗਤ ਸਿੰਘ ਦੇ ਗਾਣੇ ਨਹੀਂ ਸੁਣ ਸਕਦੇ, ਹੈ ਨਾ, ਤਾਂ ਫਿਰ ਕਿਉਂ? ਚਲੋ ਇਹ ਮੈਂ ਸਮਝਦਾ ਕਿ ਜੇ ਜਿਹੜੇ ਬੰਦੇ ਦਾ ਵੈਸੇ ਕੋਈ ਪ੍ਰਾਈਜ਼ ਹੈਗਾ ਇਹੋ ਜਿਹੇ ਮੇਲਿਆਂ 'ਤੇ, ਅਸੀਂ ਵੀ ਕਰਦੇ ਹਾਂ ਕਿ ਜਿੰਨੇ ਮਿਨੀਮਮ ਅਸੀਂ ਕਰ ਸਕਦੇ ਹਾਂ, ਜੋ ਸਾਡਾ ਖਰਚਾ ਵਰਚਾ ਹਰ ਬੰਦੇ ਦਾ ਹੁੰਦਾ ਆਪਣਾ, ਕਿ ਅਸੀਂ ਜਿੰਨਾ ਕੰਟਰੋਲ ਕਰ ਸਕਦੇ ਹਾਂ ਘੱਟ ਤੋਂ ਘੱਟ ਕਰਕੇ ਜਾਂਦੇ ਹਾਂ। ਮਤਲਬ ਇਹ ਦੋਨਾਂ ਪਾਸਿਓਂ ਹੀ ਬਰਾਬਰ ਹੋਣਾ ਚਾਹੀਦਾ। ਆਰਟਿਸਟ ਵੀ, ਚਲੋ ਮੈਨੂੰ ਤਾਂ ਲੱਗਦਾ ਹਰ ਬੰਦਾ ਹੀ, ਇਹ ਗੱਲ ਤਾਂ ਹੈ ਨਹੀਂ ਕਿ ਉਹਨੇ ਕਿਹਾ ਤਾਂ ਦੱਸਿਆ ਜਾਂਦਾ ਉਹਨਾਂ ਨੂੰ ਆਹ ਮੇਲਾ ਹੈਗਾ। ਹਰ ਬੰਦਾ ਕਰ ਹੀ ਦਿੰਦਾ ਆਪਣੇ ਵੱਲੋਂ, ਅਸੀਂ ਤਾਂ ਜ਼ਰੂਰ ਕਰਦੇ ਹਾਂ ਕਿ ਜਿੰਨਾ ਘੱਟ ਤੋਂ ਘੱਟ ਯਾਰ ਨਹੀਂ ਤੁਸੀਂ ਆਹ ਕਰ ਦਿਓ, ਅਸੀਂ ਵੈਸੇ ਸਾਡੇ ਚਾਰਜਿਸ ਆਹ ਹੈਗੇ ਆ, ਬਟ ਅਸੀਂ ਇੱਥੇ ਤੱਕ ਕਰ ਆਵਾਂਗੇ। ਸਿੰਗਰ ਨੇ ਇਕੱਲੇ ਨੇ ਨਹੀਂ ਜਾਣਾ ਹੁੰਦਾ, ਉਹਦੇ ਨਾਲ ਸਾਡੇ ਨਾਲ 8-10 ਬੰਦੇ, 20 ਬੰਦੇ ਹੋਰ ਵੀ ਜਾਂਦੇ ਹੈਗੇ ਆ। ਔਰ ਫਿਰ ਦੂਸਰੀ ਗੱਲ ਇਹ ਆ ਕਿ ਉਹ ਮੇਲੇ ਦੇ ਵਿੱਚ ਜਾ ਕੇ ਅਸੀਂ ਕੀ ਗਾ ਰਹੇ ਹਾਂ, ਹੈ ਨਾ। ਜੇ ਅਸੀਂ ਸ਼ਹੀਦ ਭਗਤ ਸਿੰਘ ਦੀ, ਮੈਨੂੰ ਲੱਗਦਾ ਬਹੁਤੇ ਬੰਦਿਆਂ ਦਾ ਨਾ ਉਹਦੀ ਸੋਚ ਦੇ ਨਾਲ ਤਾਲਕ ਨਹੀਂ ਹੈ। ਹਰ ਬੰਦਾ ਚਾਹੁੰਦਾ ਕਿ ਜੀ ਰਸ਼ ਹੋਵੇ ਔਰ ਮੇਰੀ ਵਾਹਵਾ ਹੋਵੇ ਕਿ ਮੈਂ ਕਰਵਾਇਆ, ਜੋ ਵੀ ਕਰਨਾ ਚਾਹੁੰਦਾ। ਬਟ ਇਹ ਵੀ ਜ਼ਰੂਰੀ ਹੋਣਾ ਚਾਹੀਦਾ ਕਿ ਇੱਥੇ ਗਾਣੇ ਭਗਤ ਸਿੰਘ ਦੀ ਗਾਏ ਜਾਣਗੇ। ਇੱਥੇ ਜਾਂ ਕਰਤਾਰ ਸਿੰਘ ਸਰਾਭੇ ਬਾਰੀ ਬੋਲਿਆ ਜਾਊਗਾ, ਜਾਂ ਸ਼ਹੀਦ ਊਧਮ ਸਿੰਘ ਬਾਰੀ ਗਾਇਆ ਜਾਊਗਾ। ਇਸ ਵੀਡੀਓ ਵਿੱਚ ਇੰਨਾ ਹੀ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਹਰ ਖਬਰ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪਣੀ ਮੋਬਾਈਲ ਸਕਰੀਨ 'ਤੇ ਪਾਉਣ ਲਈ ਬੈੱਲ ਬਟਨ ਨੂੰ ਵੀ ਜ਼ਰੂਰ ਦਬਾ ਦਿਓ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।